ਹਾਲਾ ਵੀ ਆਤਾ ਜੱਟੀ ਭਜਾਈ ਫਿਰਦੀ ਆ। ਲੋਕ ਵੀ ਪੰਜਾਬੀ ਵੀਰੋ ਕਹਿੰਦੇ ਸਵੇਰ ਦੇ 4 ਵੱਜ ਚੁੱਕੇ ਨੇਗੇ ਤੇ ਅੱਜ ਕਹਿੰਦੇ ਗੁਰੀ ਜੋਹਲ ਜੀ ਤੇ ਸੱਖ ਜਾਵਲ ਜੀ ਜ਼ਮੀਨ ਪਾਉਣ ਚੱਲੇ ਨੇ। ਗੁਰੀ ਕਹਿੰਦੇ ਕਹਿੰਦੇ ਮੈਂ ਟਰੈਕਟਰ ਸਿੱਖਣਾ ਮੈਂ ਵੀ ਚੱਲ ਸਿਖਾ ਦਿਆਂਗੇ ਕਿੱਡੀ ਗੱਲ ਆ ਹਨਾ। ਤੇ ਇਸ ਕਰਕੇ ਗੁਰੀ ਨਾਲ ਜ਼ਮੀਨ ਪਾਉਣ ਜਾ ਰਹੀ ਹੈਗੀ। ਤੇ ਕਿਉਂ ਗੁਰੀ ਕਿਹੋ ਜਿਹਾ ਐਕਸਪੀਰੀਅੰਸ ਹੈ ਖੇਤੀ ਬਾਹੇਗੀ? ਨਾਲ ਤਾਂ ਬੈਠੂੰਗਾ, ਸਿੱਧੀ ਨਾ ਨਗਾ ਦੀ ਬਟਰ ਨਾ ਤੋੜ ਦੀ ਰਾਹਲ ਸਿੱਧੀ ਮਾਰ ਲਈ ਬਸ, ਹੋਰ ਨਾ ਕਿਤੇ ਸੱਪ ਵਾਂਗੂ ਵਿੰਗੀ ਟੇਢੀ ਜਾਵੇ। ਸਿੱਧਾ ਰੱਖ, ਹੁਣ ਬੇਇੱਜ਼ਤੀ ਨਾ ਕਰਾ ਦੀ। ਇਹ ਮੋੜ ਦੇ ਮੋੜ ਦੇ, ਨਾ ਨਾ ਜਾਊ, ਬ੍ਰੇਕ ਨਾ ਨੱਪੀ, ਹਜੇ ਬ੍ਰੇਕ ਨਾ ਨੱਪੀ, ਪਰ ਨੂੰ ਰੱਖ ਵਧੀਆ ਪਾਉਂਦੀ ਆ ਹਨਾ। ਹੁਣ ਤਾਂ ਕਈ ਵਾਰ ਊਂ ਤਾਂ ਮਤਲਬ ਕਿ 100 ਦੇ ਵਿੱਚ 100% ਤੂੰ ਜਮਾਂ ਸਿੱਖ ਗਈ, ਨਾ ਉੱਧਰ ਨਾ ਉੱਧਰ। ਉੱਧਰ ਥੋੜ੍ਹੀ ਜਿਹੀ ਗੜਬੜੀ ਕੀਤੀ ਸੀ, ਇੱਧਰ ਤੂੰ ਇੱਕ ਵੀ ਗੜਬੜੀ ਨਹੀਂ ਕੀਤੀ ਹੈਗੀ। ਹੁਣ ਤੈਨੂੰ ਵੀ ਸਿਖਾ ਦਾਂਗੇ, ਇੱਧਰ ਤੂੰ ਜਮਾਂ ਸਿੱਧੋ ਸਿੱਧੀ ਲਈ ਰੱਖੀ ਆ। ਹੁਣ ਪਤਾ ਕੀ ਸਿੱਖਣਾ ਹੈਗਾ, ਹੁਣ ਤੂੰ ਬਸ ਇੱਕ ਚੀਜ਼ ਰਹਿ ਗਈ ਬਸ, ਵੀ ਜਦੋਂ ਕਈ ਵਾਰ ਟਰੈਕਟਰ ਪਹੁੰਚ ਜਾਂਦਾ ਉਦੋਂ ਮੈਂ ਲੈਫਟ ਮੈਂ ਚੱਕਦਾ ਮਾੜੀ ਜੀ, ਹਾਂ ਲੈਫਟ ਤੇ ਹੱਥ ਅਟਕਾ, ਮੈਂ ਤੈਨੂੰ ਦੱਸਦਾ ਹੁਣ। ਹਾਂ ਹੁਣ ਤੇਰਾ ਇਹ ਆ, ਇੰਨੀ ਟੱਪਣੀ ਹੁੰਦੀ ਮਾੜੀ ਚੱਕਣੀ ਹੁੰਦੀ ਆ ਦੇ, ਜੇ ਤਾਂ ਇੱਥੇ ਆ ਗਈ ਠੀਕ ਹੈ ਨਾ, ਇਹਨੇ ਫਿਰ ਘੁਸਣ ਲੱਗ ਜਾਣਾ ਗਾ। ਜੇ ਮਾੜੀ ਇਹ ਇੱਥੇ ਕਰ ਲਈ ਇੱਥੇ ਨਾ ਸਹੀ ਚੱਲਣ ਲੱਗ ਜਾਣਾ, ਜੇ ਮਤਲਬ ਇੱਥੇ ਵੀ ਖੋਵਣ ਲੱਗ ਗਿਆ ਫਿਰ ਇਹ ਇੱਥੇ ਕਰਨਾ ਮਾੜਾ ਜਿਹਾ, ਹੋਰ ਕਰੀ ਜਾਣਾ ਜੇ ਨਾ ਨਿਕਲਿਆ। ਹਾਂ ਅੱਜ ਤੋਂ ਤੁਰ ਪਿਆ ਮਾੜਾ ਜਿਹਾ ਤੁਰ ਪਿਆ ਨਾਲ ਦੀ ਨਾਲ ਸਿੱਧੀ ਇੱਥੇ ਮਾਰਨਾ, ਜੇ ਵੱਧ ਟਿਕ ਪਿਆ ਫਿਰ ਤੋਂ ਉਸ ਜੂਗਾ ਇਹ ਇੱਥੇ ਮਾਰਨਾ, ਇਹ ਇੰਨੇ ਕੁ ਨਾਲ ਹੀ ਦੱਬ ਜਾਂਦਾ, ਇੰਨੇ ਕੁ ਨਾਲ ਹੀ ਖੜਾ, ਇੰਨਾ ਕੀ ਮਾੜੇ ਜਿਹੇ ਨਾਲ ਹੀ ਫਰਕ ਪੈ ਜਾਂਦਾ। ਹਾਂ ਦੋ ਥੋੜ੍ਹਾ ਜਿਹਾ ਥੱਲੇ ਰੱਖਣਾ ਹੁੰਦਾ ਹੈਗਾ, ਠੀਕ ਹੈ ਨਾ। ਬਸ ਹੁਣ ਤੇਰਾ ਇਕੱਲਾ ਇਹ ਰਹਿ ਗਿਆ, ਬਾਕੀ ਹੁਣ ਤੂੰ ਸੜਕ ਤੇ ਵੀ ਚਲਾ ਲਈ ਪੂਰੀ ਵਧੀਆ, ਸੜਕ ਤੇ ਵੀ ਲੱਗ ਗਈਆਂ, ਬਹੁਤ ਦੱਬਿਆ ਸੜਕ ਤੇ ਨੇ, ਕੱਦੂ ਗਰਾਵਾਂਗੇ, ਕਰਦੇ ਕੱਦੂ। ਚਲਾ ਇਧਰਲੇ ਪਾਸੇ ਚਾਹ ਪੀ ਕੇ ਆ ਜਾਓ, ਹੁਣ ਬ੍ਰੇਕ ਟਾਈਮ ਆ ਸਾਈਡ ਤੇ। ਚੰਗਾ ਪੁੱਤੋ, ਕੱਲੀ ਆਇਆ ਸੀ? ਠੀਕ ਆ ਚੱਲ, ਥੈਂਕ ਯੂ, ਆ ਜਾ ਚਾਹ ਪੀਣੀਆਂ ਪੀ ਜਾ ਓਏ, ਆ ਜਾ ਪੀ ਲਾ। ਨਹੀਂ ਯਾਰ ਸਵਾਲ ਆ ਨਾ, ਬਸ ਹੁਣ ਤਾਂ ਤੂੰ ਗੱਡੀ, ਤੂੰ ਐਂ ਦੇਖ, ਤੂੰ ਕਦੇ ਗੱਡੀ ਨਹੀਂ ਚਲਾਈ, ਕਦੇ ਕੁਛ ਨਹੀਂ ਕੀਤਾ, ਸਕੂਟਰੀ ਵੀ ਨਹੀਂ ਚਲਾਈ, ਤੇ ਆਹ ਤੇਰਾ ਹੁਣ ਪਹਿਲਾ ਐਕਸਪੀਰੀਅੰਸ ਸੀਗਾ ਸਾਂਝਾ, ਤੂੰ ਪਹਿਲਾਂ ਸਭ ਤੋਂ ਜ਼ਿੰਦਗੀ ਦੇ ਵਿੱਚ ਤੂੰ ਕਦੇ ਕੁਛ ਕਹੇ ਕਿਸੇ ਨੂੰ, ਤੂੰ ਐਂ ਕਹੇਗੀ, ਮੈਂ ਸਭ ਤੋਂ ਪਹਿਲਾਂ ਟਰੈਕਟਰ ਚਲਾਉਣਾ ਸਿੱਖਿਆ ਸੀ, ਠੀਕ ਹੈ ਨਾ। ਅਤੇ ਹੁਣ ਬਸ ਤੂੰ ਗੱਡੀ ਦਾ ਹੁਣ ਤੂੰ ਸਮਝ ਰਿਹਾ 50% ਗੱਡੀ ਸਿੱਖ ਗਈ, ਦੇ ਇੱਥੋਂ ਮੋੜ ਨਾ ਉਹ ਕਰ ਲਓ, ਕੱਲੇ ਟਾਇਰ ਨਹੀਂ ਦਿੰਦੇ, ਉਹ ਜੱਜਮੈਂਟ ਕਰਨੀ ਪੈਂਦੀ ਆ। ਚਲੋ ਉਹ ਤਾਂ ਠੀਕ ਆ, ਕੱਲ੍ਹ ਜੋਲ ਜੀ ਕਹਿੰਦੇ ਰੋਕ ਲਓ, ਮੈਂ ਕਲਾਚੀ ਛੱਡਤਾ ਸੀ। ਆਹੋ ਕਲਾਚ ਛੱਡਦੇ, ਕੱਲ੍ਹ ਤਾਂ ਬਥੇਰਾ ਕੁਛ ਕੀਤਾ, ਅੱਜ ਵੀ ਤੂੰ ਡਰਦੀ ਸੀ ਨਾ, ਕਹਿੰਦੀ ਨਹੀਂ ਨਹੀਂ ਨਹੀਂ, ਤੇਰੇ 'ਚ ਤੂੰ ਹੌਂਸਲਾ ਕੀਤਾ ਆਪ, ਸਾਰੀ ਸੜਕ 'ਤੇ ਭਜਾ ਕੇ ਤੂੰ ਲਿਆਂਦਾ, ਰੇਸ ਦਿੱਤੀ, ਜਿੰਨੀ ਤੂੰ ਰੇਸ ਦੇ ਕੇ ਵੱਧ ਲਾਵੇਂਗੀ ਉੰਨੀ ਤੂੰ ਵੱਧ ਖੁੱਲੇਗੀ। ਹਾਂ ਹੁਣ ਤੇਰਾ ਰੇਸ ਅੱਗੇ ਤੋਂ ਰੇਸ 'ਤੇ ਝਟਕੇ ਮਿਲਾਉਂਦੀ ਸੀ, ਹੁਣ ਤੇਰਾ ਰੇਸ 'ਤੇ ਪੈਰ ਟਿਕਣ ਲੱਗ ਗਿਆ, ਹੁਣ ਤੂੰ ਇੱਕ ਬਰਾਬਰ ਦੀ ਰੇਸ ਲੈ ਕੇ ਜਾਂਦੀ ਆ, ਜਿੰਨੀ ਇਹਦੀ ਵੱਧ ਰੇਸ 'ਚ ਚਲਾਵੇਂਗੀ ਉੰਨਾ ਤੇਰਾ ਮਨ ਖੁੱਲੂਗਾ। ਹੁਣ ਗੱਡੀ ਸਮਝਾ, ਤੇਰੇ ਲਈ ਮੋੜਨਾ ਵੀ ਆ ਗਿਆ, ਸਾਰਾ ਕੁਛ ਆ ਗਿਆ, ਹਾਂ ਤੈਨੂੰ ਸਾਰਾ ਕੁਛ A to Z, ਇਹਨੂੰ ਕੱਦੂ 'ਚ ਫੜਾਵਾਂਗੇ। ਕੱਦੂ ਕਰਦਾ ਹੁੰਦਾ ਇਹ? ਆ ਕੀ ਕਾਫੀ ਚ ਦੇਖੋ ਪਾ ਕੇ, ਇੱਕ ਚ ਕਾਫੀ ਆ। ਮਨੋਜ ਤੂੰ ਵੀ ਗਲਾਸ ਲਿਆ ਹੈ, ਹਮਾਰੀ ਚਾਏ ਨਹੀਂ ਲੈ ਕੇ ਆਏ? ਹਾਂ ਓਏ ਸਿੱਧੇ ਤੁਰਿਆ ਆ ਤੂੰ, ਐਂ ਦੇਖ ਲੈ ਨਾ, ਅਸੇ ਜੋ ਸਰਦਾਰ ਹੁੰਦਾ ਖੇਤ ਉਹ ਤਾਂ ਉਹਦੀ ਲੈ ਆਉਣਾ ਹੈ, ਸਰਦਾਰ ਬੀਬੀ ਬੋਲਦਾ ਸੀ ਕਿ ਉਹ ਹੋਗਾ ਗਾ ਤੂੰ ਹੈਗਾ ਯਾ ਲੈ, ਅਸੀਂ ਹੁਣ ਤੈਨੂੰ ਪਤਾ ਤਾਂ ਸੀਗਾ ਵੀ ਆਪਾਂ ਇਹ ਵੀ ਪਾਉਣੀ ਆਗੇ। ਨਹੀਂ ਉਹ ਕਹਿੰਦਾ ਸੀ ਕਿ ਤੁਸੀਂ ਚਲਾ ਜਾਏਗਾ ਖੇਤ ਨੂੰ, ਅਸੀਂ ਉਹ ਆ ਜਾਏਗਾ ਇਧਰ, ਤਾਂ ਲਈ ਕਹਿੰਦਾ ਕਿ ਨਹੀਂ ਆਪਾਂ ਸਾਜਰੇ ਦੇ ਆਏ ਆ, ਮੰਮੀ ਨੂੰ ਲੱਗਿਆ ਵੀ ਉਹ ਉਦੋਂ ਨੂੰ ਮੁੜੇ ਆਉਣ। ਕਿੱਥੇ ਕਿਹਾ ਨੇ ਇਹਨਾਂ ਦੋਨਾਂ ਦੀ ਜਮਾਤ, ਚਾਰ ਪੌਣੇ ਚਾਰ ਸਰਦਾਰ ਹੁੰਦਾ ਗਾਲਾਂ ਤੋਂ ਡਰਦੇ,
ਥਰਮੋਸ ਇੱਥੇ ਆਈ ਵੀ ਹੁੰਦੀ ਪਤਾ ਵੀ ਉਹ ਗਾਲਾਂ ਦਿੰਦਾ ਆਪਾਂ ਉਹਨੂੰ ਐਂ ਸੀਗਾ ਵੀ ਚੱਲ ਕੋਈ ਨੀ ਉਦੋਂ ਤਾਂ ਮੁੜੇ ਆਉਣਗੇ ਮੇਰੀ ਆਵਾਜ਼ ਬਹਿ ਗਈ ਹਨਾ ਸਵੇਰ ਉੱਠੀ ਕਰਕੇ ਰਾਤ ਨੀ ਸੁੱਤਾ ਉੱਚੀ ਬੋਲਦੇ ਰਹੇ ਹਾਂ ਇੱਕ ਉੱਚੀ ਬੋਲਦੇ ਇੱਧਰ ਬੜਾ ਜ਼ੋਰ ਲਵਾਇਆ ਪਰ ਸੁਕਰਾ ਮੇਰੀ ਮਿਹਨਤ ਦਾ ਮੁੱਲ ਪੈ ਗਿਆ ਵੀ ਤੂੰ ਸਿੱਖ ਮੈਂ ਬਾਲਾ ਦਾ ਮਾਰਤਾ ਨੀ ਖਾਂਦਾ ਬਾਲਾ ਨੀ ਖਾਂਦਾ ਹੈਗਾ ਕੱਲ ਥੋੜਾ ਜਿਹਾ ਖਾਦਾ ਜਦੋਂ ਆਪਾਂ ਸਿੱਖਦੇ ਸੀ ਪਰਸੋਂ ਸੀ ਕੱਲ ਸੀ ਪਰਸੋਂ ਸੀਗਾ ਪਰਸੋਂ ਬਾਲਾ ਦਿਮਾਗ ਖਾਦਾ ਤੂੰ ਬਸ ਤੂੰ ਸਮਝ ਲੈ ਵੀ ਟਰੈਕਟਰ ਤੂੰ ਦੋ ਦਿਨਾਂ 'ਚ ਸਿੱਖ ਗਈ ਪਰਸੋਂ ਮੈਂ ਹਾਂ ਐਂ ਸੱਪ ਬਣਾਉਂਦੀ ਸੀ ਪੂਰਾ ਵੱਡਾ ਉਹ ਵੱਟ ਵੀ ਢਾਹ ਤੇ ਨਹੀਂ ਹੁਣ ਤੂੰ ਦੋ ਦਿਨਾਂ 'ਚ ਟਰੈਕਟਰ ਸਿੱਖ ਗਈ ਤੈਨੂੰ ਪਤਾ ਸਿੱਧੀ ਮਾਰਦੀ ਆ ਪੂਰੀ ਜਮਾ ਹਲ ਸਿੱਟ ਕੇ ਥੱਲੇ ਚੱਲ ਡਾਨਾ ਡਾਨਾ ਆਪਾਂ ਤਾਂ ਬਹਿੰਦੇ ਹਾਂ ਹੁਣ ਸਾਹਮਣੇ ਹੁਣ ਸਾਈਡ ਵਾਲੇ ਜਿਹੜੇ ਉਹ ਰਹਿ ਜਾਂਦੇ ਹੁੰਦੇ ਨੇ ਤਕੋਣੇ ਜੇ ਉਹ ਲਾਉਣ ਵਾਲੇ ਸੀਗੇ ਅਤੇ ਮੈਂ ਕਿਹਾ ਸੀ ਮੈਂ ਕਿਹਾ ਮੈਂ ਲਾ ਦੇਣਾ ਚਾਹ ਚੜਿਆ ਪਿਆ ਕਹਿੰਦੀ ਨਹੀਂ ਨਹੀਂ ਮੈਂ ਆਪੇ ਲਾ ਦੂੰ ਮੈਂ ਤੱਲੀ ਲਾਉਣਾ ਟਰੈਕਟਰ ਕੋਈ ਸਿੱਖਣਾ ਵੱਡੀ ਗੱਲ ਨਹੀਂ ਪਰ ਮੈਨੂੰ ਮੈਂ ਸੱਚ ਗੱਲ ਦੱਸਦਾ ਰਿਵਿਊ ਦਿੰਦਾ ਸੱਚ ਉਹ ਤਾਂ ਕੋਲੇ ਸੀ ਮਤਲਬ ਕਿ ਮੈਨੂੰ ਉਮੀਦ ਤਾਂ ਨਹੀਂ ਸੀਗੀ ਮੈਨੂੰ ਉਮੀਦ ਬਿਲਕੁਲ ਹੀ ਨਹੀਂ ਸੀ ਵੀ ਇਹ ਸਿੱਖ ਲਊਗੀ ਕਿਉਂਕਿ ਜਦੋਂ ਪਰਸੋਂ ਆਇਆ ਪਹਿਲੇ ਦਿਨ ਉਦੋਂ ਇਹਨੂੰ ਮੈਂ ਫੜਾਇਆ ਕਿਉਂਕਿ ਇਹ ਡਰਦੀ ਥੋੜ੍ਹਾ ਜ਼ਿਆਦਾ ਆ ਬਹੁਤ ਮਤਲਬ ਕਿ ਡਰਪੋਕ ਜੀ ਹੈਗੀ ਹੈ ਨਾ ਕੋਈ ਵੀ ਚੀਜ਼ ਗੱਡੀ ਗੁੱਡੀ ਮੋਟਰ ਹੈ ਕੁਛ ਕੋਈ ਵੀ ਕੋਈ ਮਤਲਬ ਕਿ ਹੁੰਦੀ ਨਾ ਵਿੱਚ ਕੁੜੀਆਂ ਉਵੇਂ ਡਰਪੋਕ ਬਹੁਤ ਆ ਗਈ ਹੈ ਨਾ ਅਤੇ ਮੈਨੂੰ ਇਹ ਵੀ ਨਹੀਂ ਉਦੋਂ ਇਹਨੂੰ ਮੈਂ ਫੜਾਇਆ ਪਹਿਲਾਂ ਤਾਂ ਇਹ ਬਾਣ ਬਲੇਮ ਇਹ ਤਾਂ ਸਟੇਰਿੰਗ ਹੀ ਨਾ ਸੰਭਲੇ ਕਦੇ ਇੱਧਰ ਨੂੰ ਕਦੇ ਇੱਧਰ ਨੂੰ ਕਦੇ ਇੱਧਰ ਨੂੰ ਬਸ ਐਂ ਕਰੀ ਜਾਵੇ ਅਤੇ ਡਰ ਗਈ ਕਹਿੰਦੀ ਨਹੀਂ ਮੈਂ ਨਹੀਂ ਚਲਾਉਣਾ ਹੈਗਾ ਹੈ ਨਾ ਟਰੈਕਟਰ ਨੇ ਝੜਕੇ ਝੁੜਕੇ ਜੇ ਵੱਜੇ ਦੋ ਤਿੰਨ ਕੁ ਅਤੇ ਡਰ ਗਈ ਕਹਿੰਦੀ ਨਹੀਂ ਅਤੇ ਮੈਂ ਕਿਹਾ ਨਹੀਂ ਨਹੀਂ ਮੈਨੂੰ ਪਤਾ ਸੀ ਮੈਂ ਪਹਿਲਾਂ ਹੁਣ ਬੰਦਾ ਡਰਦਾ ਹੀ ਆ ਹੈ ਨਾ ਵੀ ਪਤਾ ਨਹੀਂ ਕਿਵੇਂ ਜੇ ਹੈ ਨਾ ਕੀ ਹੋਈ ਜਾਂਦਾ ਗਾ ਅਤੇ ਫਿਰ ਮੈਂ ਕਿਹਾ ਵੀ ਨਹੀਂ ਨਹੀਂ ਅਤੇ ਐਂ ਕਰਕੇ ਫਿਰ ਚੱਲ ਫਿਰ ਚਲਾਉਣ ਲੱਗ ਗਈ ਮੰਨ ਲਈ ਗੱਲ ਹੈ ਨਾ ਮੈਂ ਧੱਕੇ ਨਾਲ ਅਤੇ ਉਦੋਂ ਬਾਅਦ 'ਚ ਫਿਰ ਚੱਲ ਪਹਿਲੇ ਦਿਨ ਮੈਂ ਕਿਹਾ ਵੀ ਨਹੀਂ ਮੈਂ ਕਿਹਾ ਵੀ ਇਹ ਤਾਂ ਘੱਟੋ ਘੱਟ ਨੂੰ 10-15 ਦਿਨ ਜਾਂ ਮਹੀਨਾ ਵੀ ਫਿਰ ਹੌਲੀ ਹੌਲੀ ਸਿੱਖੂਗੀ ਦੂਜੇ ਦਿਨ ਚੱਲ ਆਏ ਅਤੇ ਉਦਨੇ ਨਾ ਨਾ ਦੂਜੇ ਦਿਨ ਅੱਜ ਬੱਸ ਆਏ ਉਦਨੇ ਦਾ ਸਿੱਖਿਆ ਵੀ ਠੀਕ ਆ ਅੱਜ ਤੋਂ ਉੱਧਰਲੇ ਪਰਲੇ ਸੇ ਕਿੱਲੇ ਵਾਹੁਣੇ ਸੀਗੇ ਉਦੋਂ ਬਾਅਦ ਮੈਂ ਇੱਕ ਫਾਂਟ ਲਾ ਕੇ ਉਦੋਂ ਬਾਅਦ ਮੈਂ ਫੜਾਇਆ ਮੈਂ ਕਿਹਾ ਵੀ ਚੱਲ ਬਾ ਅਤੇ ਕਿਉਂਕਿ ਤੁਹਾਨੂੰ ਪਤਾ ਹੀ ਹੁਣ ਖੇਤ ਕਿੱਡਾ ਵੱਡਾ ਹੁੰਦਾ ਹੈ ਨਾ 6 ਕਿੱਲੇ ਸੀ 4 ਕਿੱਲੇ ਸੋਰੀ ਅਤੇ 4 ਕਿੱਲਿਆਂ 'ਚ ਭਾਈ ਲੱਗ ਗਈ ਵਾਹੁਣ ਇਹ ਬਲ ਬਲੇ ਮੈਂ ਖਾਂਦੀ 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 ਹੌਲੀ ਹੌਲੀ ਇੱਕ ਦੋ ਰਾਲ ਗਲਤ ਵਗਲੀ ਦੋ ਵਗਲੀਆਂ ਫਿਰ ਹੌਲੀ ਹੌਲੀ ਤਾਂ ਮੈਂ ਗਾਲਾਂ ਗੁਲਾਂ ਦਿੱਤੀਆਂ ਮੈਂ ਤੂੰ ਇਹ ਤਾਂ ਵੀ ਡਰ ਮਖਾ ਦਿਲ 'ਚੋਂ ਕੱਢ ਦੇ ਮੈਂ ਤੂੰ ਸਿਰਫ ਫੋਕਸ ਕਰ ਵੀ ਮੈਂ ਸਹੀ ਕਿਵੇਂ ਕਰਾਂ ਇਹ ਚੀਜ਼ ਨੂੰ ਕਹਿੰਦੇ ਫਿਰ ਇਹਨੇ ਆਖਿਆ ਵੀ ਹਾਂ ਹੁਣ ਮੈਂ ਫੋਕਸ ਕਰਦੀ ਵੀ ਸਹੀ ਦੇਖਣਾ ਵੀ ਮੈਂ ਕਿਵੇਂ ਆਊਗਾ ਅਤੇ ਫਿਰ ਸਹੀ ਕਰ ਲਾ ਅਤੇ ਉਦੋਂ ਬਾਅਦ 'ਚ ਫਿਰ ਇਹਨੇ ਹੌਲੀ ਹੌਲੀ ਬੱਸ ਆ ਹੁਣ ਦੇਖ ਲਾ ਉਦੋਂ ਬਾਅਦ ਚੱਲ ਜਦੋਂ ਉੱਥੇ ਵਾਹ ਕੇ ਸੇਕ ਲਿਆ ਉਦੋਂ ਬਾਅਦ 'ਚ ਉਹ ਆਪਣਾ ਵਾਹਵਾ ਦੂਰ 4-5 ਕਿਲੋਮੀਟਰ ਸੜਕ ਲੂੰਗੀ ਰਾਹ ਦੇ ਵਿੱਚ ਫਿਰ ਆ ਖੇਤ ਆਪਣਾ ਇੱਧਰ ਲਾ 9 ਕਿੱਲੇ ਵਾਲਾ ਅਤੇ ਉੱਥੇ ਮੈਂ ਚੱਲ ਕਹਿੰਦੀ ਮੈਂ ਸੜਕ 'ਤੇ ਨਹੀਂ ਚਲਾਉਣਾ ਕਹਿੰਦੀ ਮੈਂ ਜਿੱਦਾਂ ਮੈਂ ਚੱਲ ਕੋਈ ਨਾ ਮੈਂ ਪਹੀ ਤੱਕ ਤਾਂ ਲੈ ਕੇ ਚੱਲ ਉਦੋਂ ਮੈਂ ਚਲਾ ਲੂੰਗਾ ਮੈਂ ਗਾਣਾ ਲਾਤਾ ਜੱਟੀਆ ਬਲੂ ਵਰਗੀ ਹੌਂਸਲੇ 'ਚ ਆ ਗਈ ਪਹੀ 'ਤੇ ਆਏ ਕਹਿੰਦੀ ਮੈਂ ਨਹੀਂ ਨਹੀਂ ਚਲਾ ਚਲਾ ਮੈਂ ਕਿਹਾ ਇਹਦੇ ਵਿੱਚ ਕੀ ਆ ਮੈਂ ਖੇਤ ਵੀ ਚਲਾਈ ਰਹਿਤਾ ਬਈ ਚੱਲ ਕਹਿੰਦੀ ਠੀਕ ਆ ਉਦੋਂ ਬਾਅਦ 'ਚ ਨੇ ਮੈਂ ਰੇਸ ਰੂਸ ਦੇ ਕੇ ਦੇਖ ਭਜਾ ਕੇ ਦੇਖ ਰੇਸ ਰੂਸ ਦਿੱਤੀ ਵਧੀਆ ਖੇਤ 'ਚ ਦਿਲ ਖੁੱਲ੍ਹ ਗਿਆ ਹੋਰ ਵੀ ਤਾਂ ਕੋਈ ਚੱਕਰ ਹੀ ਨਹੀਂ ਹੈਗਾ ਉਦੋਂ ਬਾਅਦ ਸੜਕ 'ਤੇ ਨੇ ਬਹੁਤ ਦੱਬਿਆ ਫਿਰ ਪੂਰਾ ਐਂ ਆਵੇ ਤੀਜੇ ਜਗ੍ਹਾ 'ਚ ਟਾਪ ਚਲਾ ਕੇ ਦਿੱਤਾ ਵਧੀਆ ਭਜਾਇਆ ਅਤੇ ਉਦੋਂ ਬਾਅਦ 'ਚ ਫਿਰ ਹੁਣ ਤਾਂ ਬਸ ਜਮੀ ਦਿਲ ਪਏਗਾ ਹੁਣ ਇਹਨੂੰ ਬਸ ਪੂਰਾ ਸਵਾਦ ਆ ਰਿਹਾ ਨਜ਼ਾਰਾ ਆ ਰਿਹਾ ਸਿੱਖ ਗਈ ਵਧੀਆ ਫਾਂਟਾ ਫੂੰਟਾ ਪਾਉਣੀਆਂ ਸਿੱਖ ਗਈ ਪਤਾ ਲੱਗ ਗਿਆ ਵੀ ਜਦੋਂ ਖਾਓ ਤਾਂ ਲੈਫਟ ਚੱਕਣੀ ਲੈਫਟ ਵੀ ਚੱਲ ਸਿੱਖ ਗਈ ਹੁਣ ਅਤੇ ਫਾਂਟ ਦਾ ਪਤਾ ਲੱਗ ਗਿਆ ਫਿਰ ਤੁਹਾਨੂੰ ਵੀ ਚੀਜ਼ ਹੈ ਰੁਕਣ ਦਾ ਪਤਾ ਲੱਗ ਗਿਆ ਵੀਰ ਦਾ ਪਤਾ ਲੱਗ ਗਿਆ ਅਤੇ ਹੁਣ ਬਸ ਵੀ ਮਤਰਾ ਦੱਬੀ ਫਿਰਦੀ ਆ ਹੁਣ ਮੈਂ ਕਿਹਾ ਸੀਗਾ ਮੈਂ ਕਿਹਾ ਤੂੰ ਲਾਸਟ ਮੈਨੂੰ ਲਾ ਲੈਂਦੇ ਕਿਹੜੇ ਹੈਂ ਹਾਂ ਹਾਂ ਇੱਕ ਹੋਰ ਜਮਾਂ ਸਹੀ ਆ ਜਮਾਂ ਸਹੀ ਹਾਂ ਹਾਂ ਇੱਕ ਹੋਰ ਚਾਰ ਹੋਰ ਮਾਰ ਲਓ ਜਿਹੜੇ ਉਹ ਵੀ ਮਾਰ ਲਓ ਇਹ ਸਾਈਡ ਤੋਂ ਆਪਾਂ ਮਾੜਾ ਮਾੜਾ ਰਹਿ ਜਾਂਦੀ ਹੁੰਦੀ ਹੁੰਦੀ ਆ
ਪਾਉਣੇ ਹੁੰਦੇ ਆ ਤਾਂ ਪੋਟੇਟੋ ਲੋਟ ਪਾਉਣੇ ਹੁੰਦੇ ਸਾਈਡ ਤੋਂ ਬੜੀ ਜੀ ਰਹਿ ਜਾਂਦੇ ਸੁੱਕੇ ਸੁੱਕੇ ਉੱਥੇ ਹਲ ਘੱਟ ਲੱਗਦੇ ਤੁਹਾਨੂੰ ਪਤਾ ਜਦੋਂ ਪ੍ਰਮੋਟ ਕਰਦੇ ਨਾ ਉਹ ਰਹਿੰਦੇ ਸੀਗੇ ਕਿਹੜੇ ਦੋ ਸਾਈਡ 'ਤੇ ਤਿੰਨ ਤਿੰਨ ਐਕਸਟਰਾ ਦੇ ਦਿੰਦੇ ਹੁੰਦੇ ਆ ਦਿੰਦੀ ਆ ਚੱਲ ਸ਼ੁਕਰਾ ਪਹਿਲੀ ਚੀਜ਼ ਸਿੱਖੀ ਚੱਲ ਹੁਣ ਇਹਨੂੰ ਕਿਉਂਕਿ ਐਂ ਸੀ ਨੇ ਕਦੇ ਵੀ ਕੋਈ ਚੀਜ਼ ਚਲਾਈ ਨਹੀਂ ਸੀ ਕਦੇ ਵੀ ਨਾ ਮੋਟਰਸਾਈਕਲ ਨਾ ਕਦੇ ਸਕੂਟਰੀ ਮਾੜੀ ਜਿਹੀ ਇੱਕ ਦੋ ਤਿੰਨ ਵਾਰੀ ਕੀ ਕਹਿੰਦਾ ਚਲਾਈ ਹੋਈ ਉਹ ਡਰ ਗਏ ਬਸ ਅਤੇ ਆਹ ਹੁਣ ਬਸ ਨੇ ਸਿੱਧਾ ਟਰੈਕਟਰ ਨੂੰ ਹੱਥ ਪਾਇਆ ਟਰੈਕਟਰ ਹੁਣ ਪੂਰਾ ਜਮਾ ਹੀ ਖੁੱਲ੍ਹ ਗਈ ਪੂਰਾ ਵਧੀਆ ਚਲਾਉਂਦੀ ਆ ਚੱਕਰੀ ਕੋਈ ਚਲੋ ਵੀ ਮਿਲਦੇ ਹੁਣ ਦੇਖਦੇ ਹੁਣ ਸੜਕ 'ਤੇ ਚਲਾਉਂਦੇ ਹੋ ਗਈ ਮੈਨੂੰ ਸੜਕ 'ਤੇ ਚਲਾਉਣ ਦੇ ਸੜਕ 'ਤੇ ਦੇਖੀਏ ਟੱਕਰ ਸੜਕ 'ਤੇ ਦਿਖਾਉਣੇ ਦੇਖੀ ਕੀ ਕੁਛ ਕਰਦੀ ਐਂ ਤਾਂ ਵੱਟਾਂ ਵੀ ਕੱਲ੍ਹ ਦੋ ਦਿਨ ਢਾਹਤੀਆਂ ਨੇ ਕਿਉਂ ਭਾਈ ਅੱਜ ਤਾਂ ਨਹੀਂ ਹਟਦੀ ਦਿਲ ਰੋ ਕੇ ਕਹਿੰਦੀ ਵੀਡੀਓ ਬਣਾਈ ਰੀਲ ਵਾਲੀ ਅੱਜ ਨਹੀਂ ਹਟਦੇ ਭਾਈ ਚਲੋ ਮੈਂ ਕਹਿੰਦਾ ਜਿਹਨੂੰ ਹੁਣ ਆਪਾਂ ਕਹਿ ਮੈਂ ਕਹਿਤਾ ਵੀ ਚੱਲ ਵੀ ਆਪਾਂ ਉਹ ਪਰਲੇ ਵੀ ਚਾਰ ਕਿੱਲੇ ਵਾਹੁਣੇ ਹੈਗੇ ਹੈ ਨਾ ਮੈਂ ਕਹਿੰਦਾ ਚੱਲ ਜਿਹਨੂੰ ਧੁੱਪ ਦਾ ਕੋਈ ਚੱਕਰ ਹੀ ਨਹੀਂ ਹੁਣ ਇਹ ਵਾਧੂ ਪੱਕੀ ਗੱਲ ਆ ਮੈਂ ਗਰੰਟੀ ਆ ਦੇਖਿਓ ਆ ਕੇ ਮੈਂ ਜਾਣ ਕਹਿ ਕੇ ਦੇਖਦਾ ਵੀ ਗੁਰੀ ਯਾਰ ਜੇ ਆਪਾਂ ਵੀ ਉਹ ਪਰਲੇ ਦੋ ਕਿੱਲੇ ਵੀ ਵਾਧ ਹੀ ਦੇਖੀ ਕਿਉਂਕਿ ਹਾਂ ਹਾਂ ਵਾਹ ਦਿੰਦੇ ਹਾਂ ਕੋਈ ਚੱਕਰ ਹੀ ਨਹੀਂ ਹੁਣ ਇਹਨੂੰ ਇੰਨਾ ਮਤਲਬ ਕਿ ਚਾਅ ਹੋਇਆ ਪਿਆ ਕੋਈ ਮੈਂ ਹਾਂ ਸਿੱਖ ਗਈ ਇੱਕ ਹੋਰ ਦੇ ਜਿੰਨੇ ਮਰਜ਼ੀ ਦਵਾ ਲਓ ਇਹ ਤੋਂ ਵੱਧ ਕਿਹੜੇ ਕਹਿ ਨਹੀਂ ਦਿੰਦੀ ਇੱਕ ਹੋਰ ਹਾਂ ਪੂਰੀ ਲੱਭ ਦਿੰਦੀ ਆ ਸਾਰੀ ਤਗੜਾ ਉਹ ਹੀ ਪਈ ਅੱਜ ਤਾਂ ਪੱਬਾਂ ਦਿਆ ਪੂਰੇ ਫੁੱਲ ਹੋਰ ਇੱਕ ਨਾ ਨਾ ਬਸ ਬਸ ਨਹੀਂ ਨਹੀਂ ਬਸ ਬਸ ਹਾਂ ਅੱਜ ਨਹੀਂ ਹਟਦੇ ਕਿਹਾ ਸੀ ਨਾ ਮੈਨੇ ਅੱਜ ਮੈਨੂੰ ਚਲਾਉਣ ਨਹੀਂ ਦੇਣਾ ਟਰੈਕਟਰ ਦੇਖ ਲਾ ਮੈਂ ਕਿਹਾ ਸੀ ਮੈਂ ਚਲਾ ਦੇਣਾ ਕਦੇ ਨਾ ਜੱਟੀ ਚਲਾਏਗੀ ਆ ਟਰੈਕਟਰ ਲੈ ਹਜੇ ਕੱਲ੍ਹ ਸਿੱਖੀ ਆ ਅੱਜ ਸਿੱਖੀ ਆ ਹਜੇ ਅੱਜ ਹੀ ਸੜਕ 'ਤੇ ਕਹਿੰਦੀ ਮੈਂ ਤਾਂ ਸੜਕ 'ਤੇ ਚਲਾਉਂ ਜਿਗਰਾ ਹੋਵੇ ਇਹਦੇ ਨਾਲ ਦਾ ਜੱਟੀ ਨਾਲ ਦਾ ਹੈ ਮੈਂ ਤਾਂ ਸੋਚੀ ਨਹੀਂ ਤੂੰ ਇੰਨੀ ਉਹ ਆ ਸਟਰੋਂਗ ਆ ਸੱਚੀ ਕਹਿਣਾ ਕੁੜੀ ਮੈਨੂੰ ਯਕੀਨ ਨਹੀਂ ਸੀ ਵੀ ਤੂੰ ਚਲਾ ਲਏਂਗੀ ਮੈਨੂੰ ਆਇਆ ਸੀ ਤੂੰ ਨਹੀਂ ਸਿੱਖ ਸਕਦੀ ਜਮਾਂ ਹੀ ਨਹੀਂ